जी अस्सलाम वालेकुम नाज़रीन, अज असी गुजरात मंडी इत्थे आए हुए हैं ते तुहानू माशाल्लाह जानवर दिखा रहे हैं। एक बछेरा जिहड़ा हैगा खूबसूरत बछेरा ते वो बंदा ला रहा ते जरा तुहानू दिखाने आ माशाल्लाह बछेरा भी दिखाने उहदी कीमत वगैरह भी दसांगे ते होर भी उहनां कोलों गल्लां बातां पुछांगे। पहला थले लहिंदा ते बछेरा विखाने आ हत्थां पैरां दा ते माशाल्लाह बछेरा सोहणा है। बाकी जदों लहिंदा ते फिर तुहानू पता लगदा कि इह कैसा है। तो जनाब ए वेखो जरा तको माशाल्लाह डाले दे विच ही लैके आए ने वीर जी। ओनर साहब केड़े ने तुसी जे मालक? मालक साहब ओ बड़ा फोन सुनदे किथे मालक? ए वड्डा मालक है जी। केड़ा जी? साडे चोई साहब। ਲਓ ਜੀ ਹੁਣ ਇੰਨੇ ਬੰਦੇ ਖੜੇ ਨੇ ਮੈਨੂੰ ਹੁਣ ਕੀ ਪਤਾ ਕਿਹੜਾ। ਅੱਛਾ ਉਹ ਬੰਦਾ ਆਸਮਾਨੀ ਰੰਗ ਦਾ ਸੂਟ ਜਿਹੜਾ ਪਾਇਆ ਆਹੋ ਇਹਨਾਂ ਨੇ ਫਿਰ ਉਹ ਚੀਜ਼ਾਂ ਦਾ ਨਹੀਂ ਨਾ ਪਤਾ ਜਿਹੜੀਆਂ ਬੰਦੇ ਨੂੰ। ਅੱਛਾ ਲਓ ਜੀ ਜਾਨਵਰ ਪਹਿਲਾਂ ਤੁਸੀਂ ਦੇਖੋ ਆਵਾਜ਼ ਆ ਜਾਏਗੀ ਨਾ ਮੇਰੀ ਮੈਂ ਉਹਨਾਂ ਨਾਲ ਗੱਲ ਕਰ ਲਾਂ। ਲਓ ਜੀ ਮਾਸ਼ਾਅੱਲਾ ਜਾਨਵਰ ਜਿਹਨਾਂ ਨਾਲ ਰੱਸੇ ਰੁੱਸੇ ਲਾ ਰਹੇ ਨੇ ਅਤੇ ਇੱਕ ਪਾਸੋਂ ਜਿਹੜਾ ਹੈਗਾ ਉਹ ਦੂਸਰੀ ਘੋੜੀ ਵੀ ਲੈਂਦੀ ਪਈ ਉਹ ਵੀ ਵੇਖ ਲਓ ਕਿ ਘੋੜੀ ਇਲਾਂ ਦੇ ਕਿਵੇਂ ਨੇ ਅਤੇ ਇਹ ਵੀ ਤੁਹਾਨੂੰ ਦਿਖਾ ਦਈਏ ਕਿ ਡਾਲਿਆਂ ਦੇ ਵਿੱਚ ਘੋੜੀਆਂ ਲੈਂਦੀਆਂ ਕਿਵੇਂ ਨੇ। ਅਤੇ ਉਹ ਬੰਦਾ ਆ ਗਿਆ ਜੇ ਉਹਦੇ ਨਾਲ ਗੱਲਬਾਤ ਆਪਾਂ ਕਰ ਲੈਂਦੇ ਹਾਂ ਕਿ ਇਹ ਜਿਹੜਾ ਹੈ ਨਾ ਬਛੇਰਾ ਉਹ ਕਿੰਨੇ ਦਾ ਦੇ ਰਹੇ ਨੇ ਜੀ। ਅਸਲਾਮ ਵਾਲੇਕੁਮ ਜਨਾਬ ਜੀ। ਵੀਰ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੌਦਾ ਕਰ ਰਿਹਾ ਤੁਸੀਂ ਇੰਟਰਵਿਊ ਬਣਾਓ ਯਾਰ ਕੋਈ ਗੱਲ जनाब ਤੁਹਾਡਾ ਜਿਹੜਾ ਹੈਗਾ ਮਾਸ਼ਾਅੱਲਾ ਸੀ ਬਛੇਰਾ ਵੇਖਿਆ ਤੇ ਬਛੇਰੇ ਦੀ ਜਨਾਬ ਸਾਨੂੰ ਸਿਰਫ ਇਹ ਦੱਸ ਦਿਓ ਬੱਚਾ ਜੀ ਠੀਕ ਹੋ ਗਿਆ ਨਾਲ ਸਾਹਮਣੇ ਕਿਹੜਾ ਲੈ ਤੇ ਵੀਰ ਜੀ ਇਹਦੀ ਪੇਮੈਂਟ ਕਿੰਨੀ ਹੈ? ਪੈਸੇ ਕਿੰਨੇ ਮੰਗਦੇ? 70,000 ਰੁਪਏ ਮੰਗਦੇ ਜੀ। ਠੀਕ ਹੈ 70,000 ਰੁਪਏ ਜੀ। ਇਹ ਬਛੇਰਾ ਜਿਹੜਾ ਤੁਹਾਨੂੰ ਦਿਖਾਇਆ ਇਹ ਬਛੇਰਾ 70,000 ਰੁਪਇਆ ਮੰਗ ਰਹੇ ਨੇ ਤੇ ਇਹ ਜਨਾਬ ਘਰ ਦਾ ਬਛੇਰਾ ਹੈਗਾ? ਜੀ ਘਰ ਦਾ ਬਛੇਰਾ। ਤੇ ਕਿਹੜੀ ਜਗ੍ਹਾ ਤੋਂ ਤੁਸੀਂ ਲੈ ਕੇ ਆਏ? ਜਨਾਬ ਖਾਰੀ ਦੇ ਨਾਲ ਦਿੱਲੋ। ਦਿੱਲੋ ਜੀ ਠੀਕ ਹੈ। ਤੇ ਜਨਾਬ ਇਹਦਾ ਕੋਈ ਮੋਬਾਈਲ ਨੰਬਰ ਤੁਹਾਡੇ ਕੋਲ ਕੋਈ ਕੰਟੈਕਟ ਨੰਬਰ ਹੈ? ਨਹੀਂ ਨਹੀਂ ਮੋਬਾਈਲ ਨੰਬਰ ਨਹੀਂ ਹੈ। ਅਗਰ ਕਿਸੇ ਨੂੰ ਚਾਹੀਦਾ ਹੋਵੇ ਬਛੇਰਾ ਜੇ ਅਗਰ ਕਿਸੇ ਨੇ ਲੈਣਾ ਹੈ ਅਸੀਂ ਇਹਨੂੰ ਇੱਥੇ ਦੇਣਾ ਹੈ। ਨਹੀਂ ਉਹ ਕੋਈ ਗੱਲ ਨਹੀਂ ਇੱਥੇ ਦੇਣਾ ਅੱਲਾਹ ਪਾਕ ਤੁਹਾਡਾ ਇੱਥੇ ਵਿਕ ਜਾਂਦਾ ਹੈ। ਅੱਛਾ ਤੇ ਜੇ ਅਗਰ ਨਹੀਂ ਵਿਕਦਾ? ਨਹੀਂ ਵਿਕਦਾ ਤੇ ਫਿਰ ਵੀ ਤਾਂ ਕਿਸੇ ਨੇ ਲੈਣਾ ਹੀ ਹੈ। ਇਹ ਵੇਚ ਕੇ ਜਾਣਾ? ਉਹ ਜਨਾਬ ਇਹ ਤਾਂ ਅੱਲਾ ਦੇ ਕੰਮ ਨੇ ਕੋਈ ਉਹ ਨਹੀਂ ਹੁੰਦਾ। ਵੇਚ ਕੇ ਜਾਣਾ ਨਾ ਉਹਨਾਂ ਨੂੰ ਇੰਨੀ ਦੂਰ ਆ। ਹਾਂ ਇਹ ਗੱਲ ਸਹੀ ਹੈ ਤੂੰ ਕੋਲੇ ਖਲੋਤਾ ਤੂੰ ਜ਼ਰੂਰ ਲੈ ਲਾਂਗਾ ਇਹ ਤਾਂ ਮੈਨੂੰ ਪਤਾ। ਨਹੀਂ ਗੱਲ ਲੈਣ ਦੇਣ ਦੀ ਨਹੀਂ ਅਸੀਂ ਜਨਾਬ ਜੇ ਤੁਸੀਂ ਨੰਬਰ ਲੈ। ਅੱਛਾ ਹੋਰ ਵੀ ਜਾਨਵਰ ਤੁਹਾਡੇ ਕੋਲ ਹੈ? ਜਾਨਵਰ ਸਰਦਾਰ ਤਾਂ ਬਸ ਫਿਰ ਹੋ ਸਕਦਾ ਜਾਨੇ ਜਲਸੇ ਦੇ। ਅੱਛਾ ਮਾਸ਼ਾਅੱਲਾ ਕਿਹੜੀ ਜਗ੍ਹਾ ਤੇ ਉੱਤੇ ਇੱਥੇ ਉੱਥੇ ਪਿੰਡ ਦੇ ਕੋਲ ਪਿੰਡ 'ਚ ਜਲਸਾ ਕਰਾਉਂਦੇ? ਨਹੀਂ ਅਸੀਂ ਪਾਕਿਸਤਾਨ ਸਾਰੇ ਵੀ ਜਾਂਦੇ ਹਾਂ। ਅੱਛਾ ਚਲੋ ਇਨਸ਼ਾਅੱਲਾ ਤਾਲਾ ਅਗਰ ਤੁਸੀਂ ਸਾਨੂੰ ਕਿਤੇ ਇਨਵਾਈਟ ਕਰੋਗੇ ਤੇ ਅਸੀਂ ਜ਼ਰੂਰ ਆਵਾਂਗੇ ਤੁਹਾਡੇ ਜਾਨਵਰਾਂ ਦੀ ਇੱਕ ਵੀਡੀਓ ਬਣਾਉਣ ਵਾਸਤੇ। ਫਿਰ ਵੀ ਤੁਹਾਨੂੰ ਜ਼ਰੂਰਤ ਪੈ ਸਕਦੀ ਹੈ ਸਾਡਾ ਚੈਨਲ ਤੁਸੀਂ ਵਿਜ਼ਿਟ ਕਰਿਆ ਜੇ ਮੇਰੇ ਸਾਡਾ ਚੈਨਲ ਹੈ ਜੀ ਨਵਾਜ਼ ਹਾਰਸ ਵਾਲਾ ਉਹਦੇ ਉੱਤੇ ਜਾਨਵਰ ਜਿਹੜੇ ਨੇ ਆਲ ਪਾਕਿਸਤਾਨ ਦੇ ਜਿਹੜੇ ਘੋੜੇ ਨੇ ਅਸੀਂ ਉਹਨਾਂ ਦੀ ਹਰ ਮੰਡੀ ਦੀ ਕਵਰੇਜ ਕਰਕੇ ਉਹ ਸੇਲ ਆਊਟ ਕਰੀ ਦੀ ਹੈ। ਅੱਛਾ ਇਮਰਾਨ ਨਾਮ ਬੰਦੇ ਦਾ? ਅੱਛਾ ਮਾਸ਼ਾਅੱਲਾ। ਅੱਛਾ ਅੱਛਾ ਠੀਕ ਹੋ ਗਿਆ। ਤੇ ਤੁਸੀਂ ਕੋਈ ਆਪਣਾ ਕੋਈ ਕੰਟੈਕਟ ਨੰਬਰ ਕੋਈ ਸ਼ੋਅ ਕਰਦੇ ਜੇ ਕਿ ਨਹੀਂ? ਏ ਨੰਬਰ ਅਨਸਰ ਦੇ ਯਾਰ ਨੰਬਰ ਦੱਸੋ ਲੱਗਾ। ਹਾਂ ਇਹਦਾ ਜ਼ਰਾ ਕੈਮਰਾ ਸਾਹਮਣੇ ਨੰਬਰ ਦੱਸੋ। 0300 95 26 759 59। ਲਓ ਜੀ ਇਹ ਨੰਬਰ ਹੈਗਾ ਜੇ ਮਜ਼ੀਦ ਵੀ ਉਹਨਾਂ ਕੋਲ ਘੋੜੇ ਹੈਗੇ ਨੇ ਤੇ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤੇ ਅੱਲਾ ਕਰੇ ਇਹਨਾਂ ਦਾ ਇੱਥੇ ਸੇਲ ਆਊਟ ਹੋ ਜਾਵੇ। ਜੇ ਅਗਰ ਸੇਲ ਆਊਟ ਨਹੀਂ ਹੁੰਦਾ ਤੇ ਫਿਰ ਵੀ ਤੁਸੀਂ ਉਹਨਾਂ ਦੇ ਨਾਲ ਰਾਬਤਾ ਕਰ ਸਕਦੇ ਜੀ। ਆ ਦੇਖੋ ਕਿੰਨੇ ਵੀਰ ਜੇ ਸਾਰੇ ਇਹ ਕਈ ਲੈਣ ਵਾਲੇ ਨੇ ਤੇ ਕਈ ਵੇਖਣ ਵਾਲੇ ਨੇ ਤੇ ਜ਼ਰਾ ਅਸੀਂ ਚੱਲ ਕੇ ਜ਼ਰਾ ਬਛੇਰਾ ਵੇਖਨੇ ਆ ਤਾਂ ਕਿ ਤੁਹਾਨੂੰ ਚੀਜ਼ ਦਾ ਪਤਾ ਲੱਗੇ ਕਿ ਇਹ ਕਿਹੜਾ ਹੈ। ਲਓ ਜੀ ਬਛੇਰਾ ਵਿਖਾਓ ਜੀ ਅੱਗੋਂ ਬਛੇਰਾ ਵਿਖਾ ਦੇ। ਲਓ ਜੀ ਬਛੇਰਾ ਤੁਹਾਨੂੰ ਅੱਗੋਂ ਵਿਖਾ ਦਿੱਤਾ। ਲਓ ਜੀ ਬਛੇਰਾ ਤੁਹਾਨੂੰ ਵਿਖਾ ਦਿੱਤਾ ਤੇ ਬਛੇਰਾ 70,000 ਰੁਪਈਆ ਬਛੇਰੇ ਤੋਂ ਮੰਗਦੇ ਨੇ ਤੇ ਇਹਦੇ ਨਾਲ ਵੀ ਜਿਹੜਾ ਨਾ ਮਜ਼ੀਦ ਉਹ ਕਮੀ ਪੇਸ਼ੀ ਹੋ ਜਾਏਗੀ। ਤੇ ਮਾਸ਼ਾਅੱਲਾ ਸੋਹਣਾ ਜਾਨਵਰ ਹੈਗਾ। ਹਾਈਟ ਜਿਹੜੀ ਹੈਗੀ ਹਾਈਟ ਵੀ ਤੁਹਾਨੂੰ ਅਸੀਂ ਵਿਖਾ ਦਿੰਦੇ ਹਾਈਟ ਕਿੱਥੋਂ ਹੈ। ਆਹੋ
4 फुट है चार फुट जी इनकी हाइट हैगी बछेरे की 70,000 रुपये की डिमांड करते पे जे नंबर थोड़े को आ गया मजीद इंशाल्लाह वीडियो फिर मुलाकात होगी जी तुहाडे नाल इजाजत चाहना जी।